ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅਤੇ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ। ਪਿੰਡ ਨਾਰਪੁਰ ਹੈਗਾ ਜੀ, ਤਹਿਸੀਲ ਕਰਤਾਰਪੁਰ ਸਾਹਿਬ, ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਜੀ। ਠੀਕ ਆ, ਬਿਆਸ ਤੋਂ ਜਿਹੜੀ ਆ ਦੋਸਤੋ 22 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ, ਕਪੂਰਥਲੇ ਤੋਂ 11 ਕਿਲੋਮੀਟਰ ਦੀ ਆ, ਅਤੇ ਬਿਲਕੁਲ ਕਰਤਾਰਪੁਰ ਸਾਹਿਬ ਤੋਂ 7 ਕਿਲੋਮੀਟਰ ਦੂਰੀ ਹੈਗੀ ਇਸ ਪਿੰਡ ਦੀ। ਜਲੰਧਰ ਵੀ ਤਕਰੀਬਨ 22-23 ਕਿਲੋਮੀਟਰ ਦੋਸਤੋ ਇਸ ਪਿੰਡ ਤੋਂ ਦੂਰੀ ਹੈਗੀ ਹੈ। ਬਾਈ ਹਰਜਿੰਦਰ ਦੇ ਕੋਲ ਆਏ ਹਾਂ। ਨੋਰਮਲੀ ਤੁਹਾਨੂੰ ਜਿਹੜੀਆਂ ਦੋਸਤੋ ਵੀਡੀਓ ਆ ਬਾਈ ਹਰਜਿੰਦਰ ਦੀਆਂ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ। ਥੋੜ੍ਹੇ ਦਿਨਾਂ ਬਾਅਦ ਜਿਹੜੀ ਆ ਦੋਸਤੋ ਅਪਡੇਟ ਆਪਾਂ ਇਸ ਘਰੋਂ ਦਿੰਦੇ ਰਹਿੰਦੇ ਹਾਂ। ਅਤੇ ਮੱਝਾਂ ਜਿਹੜੀਆਂ ਭਾਪੜਤੇ ਵਾਲੀਆਂ ਹੁੰਦੀਆਂ, ਬਹੁਤੇ ਵੀਰਾਂ ਨੂੰ ਜਿਹੜਾ ਭਾਪੜਤਾ ਪਸੰਦ ਆਉਂਦਾ। ਬਾਕੀ ਪਸ਼ੂ ਚੰਗੇ ਹੁੰਦੇ ਆ ਦੋਸਤੋ, ਪਸ਼ੂ ਸੋਏ ਸਵਾਏ ਹੁੰਦੇ ਆ, ਚੁਆਈ ਆ, 2 ਟਾਈਮ ਦੀ 3 ਟਾਈਮ ਘਰ ਆਪਣੀ ਵਿਜਿਟ ਕਰਕੇ ਜ਼ਰੂਰ ਕਰ ਲਿਆ ਕਰੋ। ਨਰਕ ਫਰਕ ਵੈਰੀਫਾਈ ਕਰਨ ਤੋਂ ਬਾਅਦ ਪਸ਼ੂ ਨੂੰ ਬੇਸ਼ੱਕ ਸੌਦਾ ਕਰ ਲਿਆ ਕਰੋ। ਠੀਕ ਆ ਜੀ, ਅਤੇ ਗੱਲਬਾਤ ਭਾਈ ਹਰਜਿੰਦਰ ਦੇ ਨਾਲ ਕਰਦੇ ਹਾਂ। ਪਸ਼ੂ ਸੋਹਣੇ ਲੱਗਦੇ ਆ, ਦਿਸਦੇ ਵੀ ਸੋਹਣੇ ਆ, ਬਾਕੀ ਥਣਾਂ ਤੋਂ ਹਵਾਨੇ ਤੋਂ ਕਿੰਨੇ ਕੁ ਪਰਫੈਕਟ ਹੈਗੇ ਨੇ, ਉਹ ਚੁਆਈ ਧਾਰਾਂ ਮਾਰ ਕੇ 2-2 4-4 5-5 ਧਾਰਾਂ ਮਾਰ ਕੇ ਆਪਾਂ ਚੈੱਕ ਵੀ ਨਾਲ ਤੁਹਾਨੂੰ ਕਰਵਾ ਦਾਂਗੇ। ਸਭ ਤੋਂ ਪਹਿਲਾਂ ਵੀਰ ਹਰਜਿੰਦਰ, ਸਤਿ ਸ਼੍ਰੀ ਅਕਾਲ ਭਰਾ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ ਹੋ? ਬਹੁਤ ਵਧੀਆ ਵੀਰ ਜੀ, ਤੁਸੀਂ ਦੱਸੋ ਜੀ। ਬਹੁਤ ਵਧੀਆ ਵੀਰੇ। ਹਾਂਜੀ ਹਰਜਿੰਦਰ ਭਾਈ, ਅੱਜ ਪਸ਼ੂ ਆਪਣੇ ਕੋਲ 4 ਨੇ ਵੀਰੇ, ਝੋਟੀਆਂ। ਹਾਂਜੀ 4 ਝੋਟੀਆਂ ਭਾਈ, 4 ਹੀ ਪਹਿਲੇ ਸਵੇ ਦੰਦਾਂ ਦੇ ਵਿੱਚ ਝੋਟੀਆਂ। 4 ਪਹਿਲਣਾ ਜੀ? ਹਾਂਜੀ, ਰਿਕਾਰਡ ਬਣਾਤਾ ਭਾਈ, ਰਿਕਾਰਡ ਬਣਾਤਾ। ਭੈਣ ਭਰਾ ਕਹਿੰਦੇ ਆ ਵੀ ਪਸ਼ੂ ਸੂਆ ਨਹੀਂ ਹੈਗਾ, ਸੂਆ ਨਹੀਂ ਹੈਗਾ, ਤੇ ਬਾਅਦ ਵਿੱਚ ਭਾਜੀ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਨਾ, ਵਾਹਿਗੁਰੂ ਜੀ ਨੇ ਪਰਮਾਤਮਾ ਦੀ ਕਿਰਪਾ ਵੀ ਆਪਣੇ ਕਿੱਲੇ ਦੇ ਨਾਂ ਦਾ ਰੇਟ ਵਧਣਾ ਤੇ ਪਸ਼ੂ ਤੇ ਵਾਹਿਗੁਰੂ ਦੀ ਕਿਰਪਾ ਨਾਲ ਭਾਜੀ ਡੇਲੀ 2-3 ਵੇਚੀਦੇ ਆ ਭਾਜੀ। ਵੀਡੀਓ ਤੋਂ ਇਲਾਵਾ ਵੀ ਭਾਜੀ ਅੱਜ 4 ਪਸ਼ੂ ਵੇਚਦੇ ਆ, 3 ਝੋਟੀਆਂ ਤੇ 1 ਮੱਛੀ ਵੇਚਦੀ ਆ ਭਾਜੀ। ਹਾਂਜੀ, ਸੋ ਦੋਸਤੋ ਮੈਂ ਇੱਕ ਹਰਜਿੰਦਰ ਭਾਈ ਦੀ ਗੱਲ ਦੱਸ ਦੇਣਾ। ਇੱਕ ਬਾਹਰ ਜਾਣ ਦਾ ਸ਼ੌਂਕ ਸੀਗਾ ਵੀਰ ਦਾ, ਵੀ ਛੇਤੀ ਬਾਹਰ ਉਡਾਰੀ ਮਾਰਨੀ ਸੀ, ਪਰ ਜਿਹੜਾ ਇੱਕ ਦਿਲ ਆ ਬੈਠਾ ਵਪਾਰ ਦੇ ਨਾਲ ਹੁਣ। ਹਰਜਿੰਦਰ ਭਾਈ ਇਤਰਾ ਹੀ ਹੈ, ਥੋੜਾ ਹੁਣ ਦਿਲ ਜਾ ਲੱਗ ਗਿਆ ਵਪਾਰ ਦੀ ਲੈਣ ਨਾਲ, ਤੇ ਮੈਨੂੰ ਲੱਗਦਾ ਵੀ ਨਹੀਂ ਤੇ ਬੰਦੇ ਦੀ ਸੋਚ ਹੁੰਦੀ ਵੀ ਆਪਣੀ ਲੈਣ ਥੋੜੀ ਹੋਰ ਆ। ਚਲ ਮਾਤਾ ਪਿਤਾ ਨੇ, ਫਾਦਰ ਸਾਹਿਬ ਨੇ ਬਹੁਤ ਵਪਾਰ ਕੀਤਾ, 25-30 ਸਾਲ ਦਾ ਤਜਰਬਾ ਉਹਨਾਂ ਦਾ, ਤੇ ਬਾਅਦ ਵਿੱਚ ਤੁਹਾਡਾ ਸੀ ਵੀ ਚਲੋ ਯਾਰ ਆਪਾਂ ਫੌਰਨ ਜਾਂਦੇ ਹਾਂ। ਇੱਕ ਅੱਜ ਦੇ ਉਮਰ ਦੇ ਆਪਾਂ ਨੌਜਵਾਨੀ ਦੀ ਗੱਲ ਕਰੀਏ ਤੇ ਇੱਕ ਸੋਚ ਹੁੰਦੀ ਹੈ ਵੀ ਚਲ ਯਾਰ ਬਾਹਰ ਕਮਾਈਆਂ ਕਰਾਂਗੇ। ਭਾਜੀ ਮੈਂ ਨਾ ਪਹਿਲਾਂ ਬਹੁਤ ਮੈਨੂੰ ਸ਼ੌਂਕ ਸੀਗਾ ਫੌਰਨ ਜਾਣ ਦਾ। ਹਾਂਜੀ, ਤੇ ਫਿਰ ਮੈਂ ਉੱਥੇ ਇਹ ਸੋਚਿਆ ਵੀ 20-25 ਲੱਖ ਰੁਪਇਆ ਆਪਾਂ ਲਾ ਕੇ ਜਾਣਾ, ਉੱਥੇ ਵੀ ਜਾ ਕੇ ਭਾਜੀ ਕਿਸੇ ਦੀ ਗੁਲਾਮੀ ਕਰਨੀ, ਕੰਮ ਕਰਨਾ, ਇੱਥੇ ਭਾਜੀ ਆਪਣੀ ਸਰਦਾਰੀ ਆ। ਬਿਲਕੁਲ ਬਿਲਕੁਲ, ਹਾਂਜੀ ਠੀਕ ਹੈ ਨਾ। ਤੇ ਹਰਜਿੰਦਰ ਵੀਰੇ, ਪਹਿਲੇ ਨੰਬਰ ਦੀ ਝੋਟੀ ਬਹੁਤ ਸੋਹਣੀ ਲੱਗਣ ਡਈ ਹੈ, ਕੀ ਇਹਦੀ ਡਿਟੇਲ ਆ? ਇਹ ਭਾਜੀ ਤੋਹਫਾ ਹੀ ਕੱਢ ਕੇ ਦਿੰਦਾ। ਹਾਂ ਬਿਲਕੁਲ ਜੀ, ਇਹ ਭਾਜੀ ਪਹਿਲੇ ਸੂਏ ਝੋਟੀ ਸੂਈ ਆ। ਅੱਛਾ ਜੀ, ਅੱਜ ਇਹਨੂੰ ਭਾਈ ਤੀਸਰਾ ਦੇਣਾ। ਆ ਕੱਟਾ ਨਾੜੂ ਬਿਲਕੁਲ ਗੱਲਾ ਬੱਚੇ ਦੇਣਾ। ਲਓ ਵੀ ਦੋਸਤੋ ਕਰੋ ਚੈੱਕ, ਝੋਟੀ ਆ, ਵਾਧੇ ਬੰਦੀ ਆ, ਪਹਿਲਣ ਝੋਟੀ ਸੂਈ ਆ ਵੀਰਾਂ ਦਾ, ਆ ਗਿੱਲਾ ਨਾੜੂ ਬੱਚੇ ਦੇ ਨਾਲ ਮੇਲ ਕਾਫ ਆ। ਠੀਕ ਆ, ਇਹ ਕੱਟਾ ਦੋਸਤੋ ਵੇਖੋ। ਠੀਕ ਆ, ਝੋਟੀ ਆਪਾਂ ਤੁਹਾਨੂੰ ਦਿਖਾਉਣੇ ਆ, ਸ਼ਕੀਨੀ ਪੂਰੀ ਆ ਝੋਟੀ ਦੇ ਵਿੱਚ। ਠੀਕ ਆ, ਮੂੰਹ ਛਿੱਗੀ ਆ, ਬਾਕੀ ਫੇਸ ਕੁਆਲਿਟੀ ਸਿੰਘਾਂ ਦੀ ਬਣਤਰ ਹੋਰਨ ਜਿਹੜੇ ਹੈਗੇ ਦੋਸਤੋ, ਵੇਖ ਕੇ ਚੈੱਕ ਕਰੋ, ਆਹ ਫੇਸ ਕੁਆਲਿਟੀ ਹੈ, ਬਿਲਕੁਲ ਸਲਿਮ ਜਿਹਾ ਪਤਲਾ ਜਿਹਾ ਫੇਸ ਆ। ਅਤੇ ਹਵਾਨਾ ਜਿਹੜਾ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ, ਗੱਲਾਂ ਬਾਤਾਂ ਬਾਅਦ 'ਚ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਆਹ ਵੇਖ ਉਲਟ ਬਹਿਣੀ ਵਾਲੇ ਪਾਸੇ ਥਣ, ਅਤੇ ਥਣ ਜਿਹੜਾ ਦੋਸਤੋ ਬਿਲਕੁਲ ਮੁੱਠੀ 'ਚ ਆਉਂਦਾ ਥਣ। ਠੀਕ ਆ, ਅਤੇ ਚੁਆਈ ਤਕਰੀਬਨ ਵਧੀਆ ਕਰਵਾ ਦਿੱਤੀ ਹੋਵੇਗੀ ਝੋਟੀ ਦੇ ਵੀਰ ਹਰਜਿੰਦਰ। ਆਹ ਦੇਖੋ ਭਾਜੀ ਬਣਦਾ ਜੀ ਆ ਭਾਜੀ, ਕੱਟੀ ਦੇਖੋ ਭਾਜੀ, ਕੋਈ ਭਾਲ ਨਹੀਂ ਪਏ, ਲੇਵਾ ਦਿਖਾਓ ਕੱਟੀ ਜਾ ਭਾਜੀ, ਉਂਗਲ ਨਹੀਂ ਲੰਘਦੀ ਵਿੱਚ ਦੇਖੋ ਭਾਜੀ। ਆ ਕਰੋ ਮਿੱਤਰੋ ਚੈੱਕ, ਠੀਕ ਆ, ਆਹ ਵੇਖੋ ਚੌਰਸ ਹਵਾਨਾ ਦੋਸਤੋ, ਚੌਰਸ ਲੇਵਾ ਹੈ। ਠੀਕ ਆ, ਅਤੇ ਕੱਟੀ ਬਹੁਤ ਜ਼ਿਆਦਾ ਸੋਹਣੀ ਆ, ਕੱਦ ਕੱਟੀ ਸੋਹਣਾ, ਪਿੱਠ ਪੁੱਠਾ ਪੱਠਾ ਤੁਸੀਂ ਵੇਖੋ, ਬਹੁਤ ਸੋਹਣਾ ਵੇਖੋ ਆ। ਠੀਕ ਆ ਭਾਜੀ, ਜਗਰਾਮ ਕੰਪੀਟੀਸ਼ਨ ਹੋਇਆ ਸੀ ਨਾ, ਉਹਨਾਂ ਆਹ ਚੀਜ਼ ਨੂੰ
ਨੀਲੀ ਰਾਵੀ ਪਰਫੈਕਟ ਮੰਨਿਆ ਸੀ ਪਾਕਿਸਤਾਨੀ ਜਿਹੜੀ ਨੀਲੀ ਰਾਵੀ ਭਾਜੀ ਇਹ ਪਿਓਰ ਆ ਅੱਖਾਂ ਮੱਥਾ ਪਿਛਲੇ ਪੈਰ ਤੇ ਪੂਛ ਅੱਖਾਂ ਚ ਜਵਾਬ ਆ ਗਿਆ ਨਾ ਭਾਜੀ ਪੂਰਾ ਦੋਨਾਂ ਅੱਖਾਂ ਇੱਧਰ ਵੀ ਤੇ ਇੱਧਰ ਵੀ ਹਾਂਜੀ ਹਾਂਜੀ ਆਹ ਲਓ ਵੀ ਦੋਸਤੋ ਕਰੋ ਚੈੱਕ ਅਤੇ ਆਹ ਜਿਹੜਾ ਬੈਣੀ ਤੋਂ ਤੁਸੀਂ ਥਾਣਾ ਦੇਖੋ ਇੱਕ ਵਾਰੀ ਬਾਅਦ 'ਚ ਆਪਾਂ ਤੁਹਾਨੂੰ ਖੋਲ੍ਹ ਕੇ ਤੋਰ ਕੇ ਦਿਖਾਉਣੇ ਆ ਕੋਈ ਕਹਿਣ ਦੀ ਗੱਲ ਨਹੀਂ ਵੀ ਵਧੀਆ ਥਾਣਾ ਹੈਗਾ ਅਤੇ ਹਰਜਿੰਦਰ ਚਵਾਈ ਕਿਵੇਂ ਦੀ ਭਰਾ ਮੈਂ ਕਿਹਾ ਭਾਜੀ ਚਵਾਈ ਤਾਂ ਵਾਹ ਕਮਾਲਾ ਜਿਹਨੂੰ ਕਹਿੰਦੇ ਨਾ ਬਹੁਤ ਕਮਾਲਾ ਭਾਜੀ ਦਿਨੋਂ ਦਿਨ ਕੱਟੀ ਨਿਖਰਦੀ ਜਾਂਦੀ ਆ ਜਿੱਦਾਂ ਜਿੱਦਾਂ ਆਪਾਂ ਚਵਾਈ ਕਰਦੇ ਹਾਂ ਨਾ ਕੱਟੀ ਨੇ ਭਾਜੀ ਮੈਂ ਆਦੀ ਲਾਈਫ ਦੇ ਵਿੱਚ ਕਾਫੀ ਕੱਟੀਆਂ ਲੈਂਦੇ ਆ ਪਰ ਇਹਦੇ ਦਾ ਕੋਈ ਵਿਚਾਰੀ ਦਾ ਅੰਤ ਹੀ ਨਹੀਂ ਭਾਜੀ ਹੁਣ ਵੀ ਭਾਜੀ 10 ਕਿਲੋ ਬੋਲਾ ਲਈ ਫਿਰਦੀ ਕੱਟੀ ਪਹਿਲਾਂ ਨਹੀਂ ਤਾਂ ਪਹਿਲਣਾ ਕੱਟੀਆਂ ਭਾਜੀ ਮਹੀਨਾ ਮਹੀਨਾ ਡੱਬਿਆਂ ਦੇ ਵਿੱਚ ਚੋਣੀਆਂ ਪੈਂਦੀਆਂ ਬਿਲਕੁਲ ਹਰ ਇੱਕ ਵੀਰ ਨੂੰ ਪਤਾ 9 ਲੀਟਰ ਦੇ ਜਿਹੜਾ ਮਰਜ਼ੀ ਮੇਰਾ ਵੀਰ ਨਾ 9 ਲੀਟਰ ਦਾ ਮੇਰੇ ਨਾਲ ਸੌਦਾ ਕਰ ਲਏ 2 ਟਾਈਮ ਘਰੋਂ ਚਵਾ ਕੇ ਦਾਂਗਾ ਲੋ ਵੀ ਬੋਲਾ ਬੰਦਾ ਭਾਜੀ ਫੁੱਟਾਂ ਵਾਲਾ ਕੋਈ ਕਹਿਣ ਦੀ ਗੱਲ ਨਹੀਂ ਝੋਟੀ ਸੋਹਣੀ ਤੁਸੀਂ ਕੋਹੇ ਨੂਰ ਦਾ ਹੀਰਾ ਹੀ ਆ ਆਹ ਵੇਖੋ ਬਾਕੀ ਕੋਈ ਕਹਿਣ ਦੀ ਗੱਲ ਨਹੀਂ ਵੀ ਝੋਟੀ ਚੰਗੀ ਆ ਮਗਰ ਕੱਟਾ ਨਾੜੂ ਤੇ ਕੱਟਾ ਨਾੜੂ ਨਾਲ ਠੀਕ ਆ ਬਾਕੀ ਆਪਾਂ ਮੂੰਹ ਪੱਟ ਕੇ ਜਿੰਨਾ ਵੀ ਹੋ ਸਕਦਾ ਆਹ ਵੇਖੋ ਛਿੱਗੀ ਆ ਵੇਖੋ ਜੀ ਠੀਕ ਆ 6 ਦੰਦ ਆ ਜਿਹੜੇ ਤੁਸੀਂ 27 ਆ ਚੁੱਕੇ ਆ ਵੇਖ ਸਕਦੇ ਤੁਸੀਂ ਵੇਖ ਸਕਦੇ ਹੋ ਠੀਕ ਆ ਕੰਨੀ ਵਾਲੇ ਦੰਦ ਹੈਗੇ ਕੱਢ ਲਏ ਜੀ ਨਹੀਂ ਭਾਜੀ ਹਲੇ ਤੱਕ ਚੱਕੇ ਵੀ ਨਹੀਂ ਗਏ ਹੈਗੇ ਅਜੇ ਚੱਕੇ ਨਹੀਂ ਗਏ ਕੰਨੀ ਵਾਲੇ ਠੀਕ ਆ ਛਿੱਗੀ ਮੂੰਹੋਂ ਆਪਾਂ ਤੋੜ ਕੇ ਦਿਖਾ ਦਈਏ ਭਾਈ ਹਰਜਿੰਦਰ ਆਹ ਲਓ ਵੀ ਦੋਸਤੋ ਕਰੋ ਠੀਕ ਆ ਝੋਟੀ ਕਮਾਲਾ ਕਰੀ ਬੈਠੀ ਆ ਸੋਹਣੀ ਝੋਟੀ ਆ ਅਤੇ ਕੱਦ ਘੱਟ ਹੀ ਸੋਹਣਾ ਹੈਗਾ ਝੋਟੀ ਦਾ ਠੀਕ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਆਹ ਵੇਖੋ ਜੀ ਬਿਲਕੁਲ ਜਿਹੜਾ ਚੌਰਸ ਲੇਵਾ ਦੋਸਤੋ ਪੱਧਰ ਲੇਵਾ ਵਿੱਥਾਂ ਵਿਰਲਾ ਜਿਹੜੀਆਂ ਹੈਗੀਆਂ ਨੇ ਨੋਰਮਲੀ ਤੁਹਾਨੂੰ ਸਮਝ ਆ ਜਾਣੀਆਂ ਨੇ ਚੰਗੀ ਸੋਹਣੀ ਵਿੱਥ ਵਿਰਲਾ ਥਣਾਂ ਦੇ ਵਿੱਚ ਆਹ ਕਰੋ ਚੈੱਕ ਠੀਕ ਹੈ ਵੀਰ ਆ ਕਰੋ ਚੈੱਕ ਬਈ ਠੀਕ ਆ ਲੇਫਟੀ ਲੁਫਟੀ ਬਹੁਤ ਖੂਬਸੂਰਤ ਆ ਠੀਕ ਹੈ ਵੀਰੇ ਹਰਜਿੰਦਰ ਬੱਚਾ ਛੱਡ ਕੇ ਜਾਂ ਲਾ ਕੇ ਪਤਾਰਾ ਮਾਰ ਕੇ ਬਿਲਕੁਲ ਭਾਜੀ ਬਿਲਕੁਲ ਵੀਰ ਨੂੰ ਦਿਖਾਉਣਾ ਵੀ ਕਈ ਹੁੰਦੇ ਵੀ ਔਲ ਔਲ ਕਰਦੀ ਆ ਆਹ ਕਰੋ ਚੈੱਕ ਜੀ ਸਮਾਂ ਤੋਂ ਬਾਅਦ ਥਣਾ ਪੂਰਾ ਮੁੱਠੀ ਲਾ ਬਣਦਾ ਬਈ ਆਪੇ ਹਾਂਜੀ ਜਿਵੇਂ ਪਹਿਲਾਂ ਗੱਟੀ ਚੁੱਕ ਹੋਈ ਆ ਥਣ ਥੋਂ ਦੀ ਸ਼ੇਪ ਸੋਣੀ ਆ ਹਾਰ ਲੈਂਦੀ ਆ ਭਾਈ ਪਹਿਲਾਂ ਹਾਂਜੀ ਚੱਕ ਜੀ ਕੱਲੇ ਕੱਲੇ ਕਰਾ ਸਾਰੇ ਥਾਂ 'ਚ ਮਾਰ ਦਿਓ ਬਈ ਧਾਰਾ 5-5 10-10 ਚਲੋ ਭਾਈ ਆਹ ਵੇਖੋ ਜੀ ਠੀਕ ਹੈ ਜੀ ਮੋਰਲੇ ਥੋਨਾਂ ਭਾਈ ਥੋੜੀ ਭਾਲਜੀ ਹੈਗੀ ਆ ਤਾਂ ਕਰਕੇ ਆ ਆਹੋ ਨਹੀਂ ਤਾਜੀ ਸੂਈ ਆ ਭਾਲਜੀ ਆ ਭਾਲਜੀ ਲੱਥ ਫਿਰ ਭਾਈ ਆਨਲਾਈਨ ਕੋਈ ਵੀ ਵੀਰ ਮੰਗਾਓਗਾ ਨਾ ਆਪਣੀ ਦੁੱਧ ਦਾ ਭਾਜੀ ਸੇਵਾ ਦਾ ਲੈਣਾ ਅਗਰ ਕਿਸੇ ਥਾਂ 'ਚ ਚਾਰਾਂ ਝੋਟੀਆਂ ਦੇ
ਭੂਰ ਛੱਟਾ ਨਿਕਲੂ, ਗਿਲਟੀ ਨਿਕਲੂ, ਥਾਣਵਾਦ ਘੱਟ ਨਿਕਲੂ, ਨਾੜ ਨਿਕਲੂਗੀ, ਕਿਰਾਏ ਸਮੇਤ ਭਾਈ ਵਾਪਸ ਲਾਵਾਂਗੇ। ਦੁੱਧ ਦੀ ਭਾਈ ਕੋਈ ਗਰੰਟੀ ਨੀ, ਦੁੱਧ ਆਪਣੀ ਆਪਣੀ ਸੇਵਾ ਦਾ। ਬਿਲਕੁਲ ਜੀ, ਬਿਲਕੁਲ ਜੀ, ਆਹ ਵੇਖੋ ਦੋਸਤੋ, ਠੀਕ ਆ। ਅਤੇ ਬੇਸ਼ੱਕ ਝੂਠੀ ਸੋਹਣੀ ਦੋਸਤੋ ਸੌਦਾ ਕਰ ਸਕਦੇ ਹੋ, ਅਤੇ ਮੁੱਲ ਭਾਅ ਪੜਤਾ ਆਪਾਂ ਵੀਰ ਤੋਂ ਪੁੱਛ ਲੈਂਦੇ ਸੀ ਕਿੰਨੀ ਕੁ ਡਿਮਾਂਡ ਕੀਤੀ ਇਸ ਝੂਠੀ ਦੀ, ਕਿਉਂਕਿ ਝੂਠੀਆਂ ਜਿਹੜੀਆਂ ਦੋਸਤੋ ਪਾਲ ਕੇ ਇੱਥੋਂ ਤੱਕ ਪਹੁੰਚਾਉਣੀਆਂ ਬਹੁਤ ਵੱਡੀ ਗੱਲ। ਅਤੇ ਹਰਜਿੰਦਰ ਕਿੰਨਾ ਕੁ ਵੀਰੇ ਮੁੱਲ ਲੈਦੇ, ਕੀ ਕਰਦੇ? ਝੂਠੀ ਦੇਖ ਕੇ ਭਾਅ ਜੀ ਲਾ ਦਿਓ, ਜੋ ਬਾਹਰ ਲੋਕ ਬਾਜ਼ਾਰ ਨਾ ਮੰਗਣ ਦੇ ਨੇ ਉਹ ਹਿਸਾਬ ਨਾਲ ਭਾਅ ਜੀ ਝੂਠੀ 1,10,000 ਦੀ ਵੀ ਵੇਚ ਸਕਦੇ ਹਾਂ, ਪਰ ਆਪਣੀ ਵੇਚਣੀ ਹੈਗੀ ਭਾਅ ਜੀ। ਅੱਛਾ ਜੀ, ਆਪਾਂ ਸਿਰਫ 90,000 ਦੀ ਕੱਟੀ ਦਾਂਗੇ। 90,000 ਦੀ? ਹਾਂਜੀ। ਅੱਛਾ ਜੀ, ਉੱਚੋਂ 5,000 ਹੀ ਸਿੱਧਾ ਉਡਾ ਦਾਂਗੇ ਭਾਅ ਜੀ, ਹੋਰ ਦੱਸੋ। ਅੱਛਾ ਜੀ, 85 ਦੀ ਕੱਟੀ ਦੇ ਦਾਂਗੇ। ਠੀਕ ਹੈ ਜੀ, ਉਹ 'ਚ ਛੋਟ ਛਾਟ ਕਰ ਦਾਂਗੇ ਆ ਜਿਹੜੀ। ਠੀਕ ਹੈ ਭਰਾ, ਹਾਂਜੀ, 85,000 ਦੇ ਵਿੱਚੋਂ ਜਿਹੜੀ ਦੋਸਤੋ ਛੋਟ ਹੁੰਦੀ ਆ, ਠੀਕ ਆ, ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ, ਠੀਕ ਆ। ਕੱਟੀ ਬਹੁਤ ਚੰਗੀ ਆ, ਮਗਰ ਵੀ ਇਹਦੇ ਜਿਹੜੀ ਦੋਸਤੋ ਹੁਣ ਵੀ ਦੱਸੋ ਤਾਂ ਬਾਹਰ ਬੋਲਾ ਹੀ ਹੋਊਗਾ ਫੁੱਟਾਂ ਵਾਲਾ ਭਾਅ ਜੀ, ਪਰ ਕੋਈ ਵੀ ਵੀਰ 9 ਲੀਟਰ ਮੰਨ ਕੇ ਮੇਰੇ ਨਾਲ ਸੌਦਾ ਕਰੇ ਭਾਅ ਜੀ, ਠੀਕ ਆ। ਓਕੇ, ਅਗਰ ਥਾਣ ਬਾਅਦ ਘੱਟ ਹੋਊਗਾ, ਭੂਰ ਛੱਟਾ ਹੋਊਗਾ ਭਾਅ ਜੀ, ਕੋਈ ਆਨਲਾਈਨ ਵੀ ਵੀਰ ਮੰਗਾਊਗਾ, ਕਿਰਾਏ ਸਮੇਤ ਵਾਪਸ ਲਾਂਗੇ, ਪਰ ਦੁੱਧ ਅਗਲੇ ਦੀ ਸੇਵਾ ਦਾ ਭਾਅ ਜੀ। ਬਿਲਕੁਲ, ਹਾਂਜੀ। ਇਸ ਤੋਂ ਅਗਲੀ ਜਿਹੜੀ ਆ ਵੀਰ ਝੋਟੀ, ਇਹਦੀ ਡਿਟੇਲ ਕੀ ਆ? ਇਹ ਭਾਅ ਜੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਹੀ ਅਰਜਨ ਕੁੰਗੜ ਦਾ ਹੀ ਟੀਕਾ ਲਵਾਇਆ ਸੀ, ਉਹਦੀ ਕੱਟੀ ਆ ਭਾਅ ਜੀ। ਹਾਂਜੀ, ਕੱਦ ਘੱਟ ਹੀ ਦੇਖੋ ਭਾਅ ਜੀ, ਜੱਤ ਵਾਲੀ ਕੱਟੀ ਆ। ਬਿਲਕੁਲ ਬਿਲਕੁਲ, ਇਹ ਆਪ ਅਰਜਨ ਕੁੰਗੜ ਦੀ ਆਉਂਦੇ ਸੀ? ਹਾਂਜੀ ਹਾਂਜੀ। ਠੀਕ ਹੈ ਭਰਾ, ਪਹਿਲਾ ਸੂਆ ਸੂਈ ਹੈ? ਪਹਿਲਾ ਸੂਆ ਮੂੰਹ ਪਿਓਰ 4 ਦੰਦ ਭਾਅ ਜੀ। ਠੀਕ ਹੈ, ਮੂੰਹ ਚੌਕੀ ਹੈ ਦੋਸਤੋ, ਚੌਕੀ। ਇੱਕ ਸਿੰਘ ਟੁੱਟਾ ਹੋਇਆ ਨਾ? ਹਾਂਜੀ, ਖੋਲ ਲੱਥਾ ਭਾਅ ਜੀ ਇੱਕ ਸਿੰਘ। ਠੀਕ, ਇੱਕ ਸਿੰਘ ਦਾ ਜਿਹੜਾ ਖੋਲ ਲੱਥਾ, ਠੀਕ ਹੈ, ਬਾਕੀ ਤੁਸੀਂ ਵੇਖ ਸਕਦੇ ਹੋ ਦੋਸਤੋ। ਠੀਕ ਹੈ, ਆਹ ਫੇਸ ਕੁਆਲਿਟੀ 'ਚ ਝੋਟੀ ਕਾਦਕਾੜ ਦੀ ਬਹੁਤ ਉੱਚੀ ਆ, ਵੱਡੇ ਕਾਦਕਾੜ ਦੇ ਵਿੱਚ ਆ, ਨਵੀਂ ਝੋਟੀ ਆ। ਬੇਸ਼ੱਕ ਤੁਸੀਂ ਥਾਣ ਹਵਾਨਾ ਵੇ ਆਹ ਵੇਖ ਕੇ ਚੈੱਕ ਕਰ ਲੈਣਾ, ਵੈਬਸਾਈਟ ਤੋਂ ਕਰੋ ਚੈੱਕ ਜੀ, ਆਹ ਕਰੋ ਜੀ ਚੈੱਕ। ਠੀਕ ਹੈ, ਥਾਂ ਥੋੜਾ ਬਹੁਤ ਜ਼ਿਆਦਾ ਸੋਹਣਾ ਮੁੱਠੀ ਵਾਲਾ ਥਾਂ ਨਾ, ਅਤੇ ਮਗਰ ਬੱਚਾ ਇਹਦੇ ਕੀ ਹੈਗਾ ਵੀਰ? ਕੱਟੀ ਭਾਅ ਜੀ ਇਹਦੇ ਵਿੱਚ, ਮਗਰ ਕੱਟੀ ਆ, ਅਤੇ ਹੁਣ ਕਿੰਨੇ ਦਿਨ ਦਾ ਦੱਸਿਆ ਭਾਅ ਜੀ? ਪੰਜਵਾਂ ਦੇਣਾ ਇਹਨੂੰ ਵੀ, ਸੂਈ ਨੂੰ ਦੇਖ ਲਓ ਭਾਅ ਜੀ, ਕੋਈ ਕਹਿਣ ਦੀ ਗੱਲ ਨਹੀਂ, ਬਿਲਕੁਲ ਕੂੜਾ ਬੱਚਾ। ਕੱਟੀ ਵੀ ਪੂਰੀ ਪਿੱਛੇ ਸਟੈਂਡਰਡ ਦੀ? ਹਾਂਜੀ ਹਾਂਜੀ, ਬੜੇ ਬੜੇ ਕੱਦ ਕੱਢ ਵਾਲਾ, ਕੱਟੀ ਦਾ ਬਹੁਤ ਉੱਚਾ। ਹਾਂਜੀ ਹਾਂਜੀ, ਅਤੇ ਹਰਜਿੰਦਰ ਕਿੰਨਾ ਕੁ ਦੁੱਧ ਵਿੱਚ ਚੁਆ? ਇਹਦੇ ਕੋਲੋਂ ਵੀ ਭਾਅ ਜੀ ਹਾਲੇ ਬੋਲੋ ਹੀ ਮੰਨਦਾ ਪਿਆ। ਹਾਂਜੀ, 12 ਲੀਟਰ ਹੋਊਗਾ ਡੱਬੇ ਮਾਰਨ, ਕੋਈ ਵੀ ਵੀਰ 11 ਲੀਟਰਾਂ ਦਾ ਮੇਰੇ ਨਾਲ ਸੌਦਾ ਕਰੇ। ਠੀਕ ਹੈ ਭਰਾ, ਹਾਂਜੀ ਹਾਂਜੀ, ਖੋਲ ਕੇ ਵੀਰੇ ਨੂੰ। ਠੀਕ ਹੈ ਦੋਸਤੋ, ਬਿਨਾਂ ਦਾ ਵੀ 11 ਲੀਟਰ ਦਾ ਕੋਈ ਵੀਰ ਵੀ ਜਿਹੜਾ ਚੁਆ ਕਰ ਸਕਦਾ, ਅਤੇ ਆਹ ਜਿਹੜੀ ਫੇਸ ਕੁਆਲਿਟੀ ਆ, ਬਾਕੀ ਝੋਟੀ ਕੱਦਕਾੜ ਦੀ ਉੱਚੀ ਬਹੁਤ ਆ, ਅਤੇ ਵੇਖੋ ਤੁਸੀਂ ਜਿਹੜਾ ਦੋਸਤੋ ਥੱਬਿਆਂ ਦੇ ਥੱਬੇ ਆ, ਭਾਰਾ ਪਿੰਡ ਆ ਪੂਰਾ, ਠੀਕ ਆ, ਵੱਡੇ ਪੱਲੇ ਦੇ ਵਿੱਚ ਆ, ਹਜੇ ਕੱਟੀ ਆ, ਪਹਿਲਾਂ ਨਾਲ ਸੂਈ ਆ, ਮੂੰਹ 4 ਦੰਦ ਆ, ਹਜੇ ਆਉਣ ਵਾਲਾ ਸਮਾਂ ਜੇਕਰ ਦੋਸਤੋ ਦੂਜੇ ਸੂਬੇ ਤੀਜੇ ਸੂਬੇ ਤੁਸੀਂ ਜੱਜਮੈਂਟ ਕਰ ਸਕਦੇ ਵੀ ਝੋਟੀ ਆ ਜਿਹੜੀ ਦੋਸਤੋ ਬਹੁਤ ਵੱਡੀ ਹੋਰ ਬਣ ਕੇ ਤਿਆਰ ਹੋਊਗੀ, ਹਜੇ ਤਾਂ ਬਿਲਕੁਲ ਨਵੀਂ ਝੋਟੀ ਆ, ਪਹਿਲਾਂ ਨਾਲ ਝੋਟੀ ਆ ਸੂਈ ਆ। ਆਹ ਥਣ ਭਾਂਡਾ ਦੋਸਤੋ ਵੇਖ ਕੇ ਤੁਸੀਂ ਚੈੱਕ ਕਰੋ, ਠੀਕ ਆ, 11 ਕੁ ਲੀਟਰ ਦੀ ਜੁਆਈ ਵੀ ਰਹਿੰਦਾ ਵੀ ਘੱਟੋ ਘੱਟ ਵੀ ਤੁਸੀਂ 11 ਲੀਟਰ ਕਰ ਸਕਦੇ ਹੋ। ਹਾਂਜੀ ਹਾਂਜੀ ਭਾਈ, ਹੋਊਗਾ 12 ਲੀਟਰ ਹੀ, ਪਰ ਕਿਲੋ ਘੱਟ ਰੱਖ ਇੱਧਰ ਭਾਅ ਜੀ, ਕੈਮਰਾ ਲਿਆ ਦਿਖਾ ਦਈਏ ਵੀਰਾਂ ਨੂੰ, ਕਿਤੇ ਐਵੇਂ ਨਾ ਕਹਿਣ ਵੀ ਚੌਕੀ ਨਹੀਂ, ਪਿਓਰ ਚੌਕੀ ਕਰਾ ਜੀ। ਆਹ ਲਓ ਜੀ, ਪਿਓਰ 4 ਦੰਦ ਦਾ ਭਾਅ ਜੀ, ਠੀਕ ਹੈ, 4 ਦੰਦ ਦਾ, ਠੀਕ ਹੈ। ਹਰਜਿੰਦਰ ਵੀਰੇ ਕਿੰਨੀ ਫਿਰ ਡਿਮਾਂਡ ਇਸ ਝੋਟੀ ਦੀ ਕਰਦੀ? ਚੱਲ ਤਾਂ ਕਰਦਾ ਭਾਅ ਜੀ, ਬਾਜ਼ਾਰ ਦੇ ਹਿਸਾਬ ਨਾਲ ਤਾਂ 1.5 ਲੱਖ ਹੀ ਗਈ, ਆਪਾਂ ਬਈ 85,000 ਦੀ ਕੱਟੀ ਦੇ ਦਾਂਗੇ ਵੀ। 85,000 ਦੇ ਵੀ? ਹਾਂਜੀ, ਇਹਚੋਂ ਵੀ ਸਿੱਧਾ 5,000 ਹੀ ਲਾ ਦਾਂਗੇ। ਅੱਛਾ ਜੀ, 80,000 ਕੱਟੀ ਦੇ ਦਾਂਗੇ, ਹੋਰ ਦੱਸੋ ਵੀਰ ਜੀ। 80,000 ਦੀ? ਹਾਂਜੀ, ਪਰ ਆਉਂਦੀ ਨਹੀਂ ਭਾਅ ਜੀ ਬਾਹਰੋਂ, ਪਰ ਆਪਾਂ ਜੇ ਭਾਅ ਪੜਤੇ ਨਾਲ ਲੈਂਦੀ ਤੇ ਭਾਅ ਪੜਤੇ ਨਾਲ ਹੀ ਦਾਂਗੇ, ਜਦੋਂ ਬੱਚਾ ਛੱਡ ਗਿਆ ਤਾਂ ਥਣ ਦਿਖਾਵਾਂਗੇ। ਆ ਦਿਖਾਓ ਦਿਖਾਓ ਜੀ, ਥਣ ਦਿਖਾਈਏ। 285,000 ਡਿਮਾਂਡ ਆ ਵੀਰਾਂ ਦਾ ਵੀ ਸਿੱਧਾ ਹੀ ਕੰਮ ਕਰਦਾ, ਵੀ ਸਿੱਧਾ ਆਉਂਦਾ ਵੀ 5,000 ਉੱਪਰਲਾ ਡਾਤਾ, 80,000 ਦੀ ਦੇ ਲੈ,
80,000 ਦੇ ਵਿੱਚੋਂ ਵੀ ਥੋੜੀ ਬਾਤੀ ਗੁੰਜਾਇਸ਼ ਹੋਰ ਚਾਹੀਦੀ ਹੈ। ਵੇਚਣ ਵਾਲਾ ਵੀ ਵੀਰ ਲੈ ਜਾਊਗਾ ਨਾ, ਜਿਹੜੇ ਪਾਰਖੂ ਬੰਦੇ ਨੇ ਜਿਹਨਾਂ ਨੂੰ ਕੱਟੀਆਂ ਦਾ ਪਤਾ ਹੈ ਭਾਜੀ, ਉਹਨਾਂ ਨੂੰ ਪਤਾ ਕੱਟੀਆਂ ਕਿੰਨੇ ਕਿੰਨੇ ਦੀਆਂ। ਬਿਲਕੁਲ ਬਿਲਕੁਲ। ਬਾਅਦ 'ਚ ਸੌਦਾ ਕਰ ਲਏ, ਬਿਲਕੁਲ ਜਿਹੜਾ ਪਸਮਾ ਹੋਣਾ ਸ਼ੁਰੂ ਹੋ ਗਿਆ ਅਤੇ ਆਪਾਂ ਤੁਹਾਨੂੰ ਧਾਰ ਮਾਰ ਕੇ ਦਿਖਾ ਦਿੰਦੇ ਹਾਂ। ਆਹ ਦੇਖੋ ਜੀ, ਹੁਣ ਦੇਖੋ ਭਾਜੀ ਕੱਟੀ ਦੀਆਂ ਵਿਰਲਾ ਦੇਖੋ ਵੀਰਾਂ ਨੂੰ ਕਿੱਦਾਂ ਲੱਗੀਆਂ, ਫੁੱਟ ਫੁੱਟ ਦੇ ਥਣ ਲੱਗਾ ਪਿਆ। ਲਗੀਆਂ ਪੋਲੀਆਂ ਪੂਰੀਆਂ ਗੜਵੀਆਂ, ਠੀਕ ਆ। ਤੇ ਆ ਕਰੋ ਚੈੱਕ, ਠੀਕ ਆ ਭਾਈ ਹਰਜਿੰਦਰ ਜੀ, ਠੀਕ ਆ ਭਰਾ। ਤੇ ਇਹ ਜਿਹੜੀ ਆ ਦੋਸਤੋ 85,000 80,000 ਦੀ ਲਾਸਟ ਲੈ ਦੇ ਹੁੰਦੀ ਆ, ਠੀਕ ਆ। ਦਿਖਾਓ ਭਾਜੀ ਹੁਣ ਕੱਟੀ, ਇੱਕ ਵਾਰੀ ਦਿਖਾਓ ਵੀਰਾਂ ਨੂੰ ਵੀ ਕੀ ਬਣ ਗਈ ਕੱਟੀ। ਆਹ ਲਓ ਕਰੋ ਭਰਾਵੋ ਚੈੱਕ, ਠੀਕ ਆ ਠੀਕ ਆ। ਹਰਜਿੰਦਰ ਭਾਈ ਅਗਲੀ ਝੋਟੀ ਦੀ ਵੀ ਡਿਟੇਲ ਮੇਰਾ ਭਰਾ ਦੱਸਿਓ ਜ਼ਰੂਰ। ਤੇ ਇਹ ਵੀ ਭਾਜੀ ਪਹਿਲੇ ਸੂਏ ਸੂਈ ਆ ਕੱਟੀ। ਅੱਛਾ ਅੱਛਾ, ਇਹ ਵੀ ਪਹਿਲਾਂ ਨੇ ਕੱਟੀ ਆ। ਹਾਂਜੀ ਹਾਂਜੀ। ਤੇ ਮੂੰਹ ਦੰਦੋ ਇਹਦਾ ਕੁਛ ਹੀ, ਇਹ ਭਾਜੀ ਇਹ ਵੀ ਪਿਓਰ ਚੋਗੀ ਆ, ਚਾਰ ਦੰਦ। ਚਾਰ ਦੰਦ ਹੈ, ਹਾਂਜੀ ਠੀਕ ਆ, ਚਾਰ ਦੰਦ ਆ ਦੋਸਤੋ, ਠੀਕ ਆ। ਇਹ ਵੀ ਧਿਆਨ 'ਚ ਰੱਖ ਲਿਓ, ਤੇ ਬੱਚੇ ਦੇ ਨੀਚੇ ਕੀ ਆ ਗਿਆ, ਇਹਦੇ ਪਿੱਛੇ ਵੀ ਭਾਜੀ ਕੱਟੀ ਆ, ਕੱਟੀ ਇਹਦੇ ਮਗਰ ਆ ਗਈ ਹੈ। ਇਹਨੂੰ ਭਾਜੀ ਅੱਜ ਕਹਿਣ ਜਿੰਨੇ ਮਰਜ਼ੀ 10 ਦਿਨ ਹੋ ਗਿਆ ਸਹੀ ਕੱਟੀ ਨੂੰ ਜਿਹੜੇ ਸੂਈ। ਆਹ ਤਾਂ ਖਜ਼ਾਨਾ ਅੱਜ ਭਾਈ ਕੱਢਤਾ ਕਿਸੇ ਪਾਸਿਓ, ਹੈ ਨਾ। ਆਹ ਕਰੋ ਚੈੱਕ ਭਰਾਓ, ਆਹ ਫੇਸ ਕੁਆਲਿਟੀ ਦੇਖੋ, ਠੀਕ ਆ। ਆਹ ਸਿੰਘਾਂ ਦੀ ਬਣਤਰ ਜੀ, ਆਹ ਮੂੰਹ ਮੱਥਾ ਬਿਲਕੁਲ, ਅਤੇ ਆਹ ਜਿਹੜਾ ਥਣ ਭਾਂਡਾ ਲੱਗਾ ਜੀ ਬਹਿਣੀ ਵਾਲੇ ਪਾਸੇ ਤੋਂ ਬੈਕ ਸਾਈਡ ਤੋਂ। ਆ ਕਰੋ ਚੈੱਕ, ਮਗਰ ਬੱਚਾ ਦਾ ਕੱਟੀ ਕਿੱਥੇ, ਕੱਟੀ ਭਾਜੀ ਆਈ ਖੜੀ ਜੀ, ਠੀਕ ਹੈ। ਲਓ ਵੀ ਦੋਸਤੋ ਕੱਟੀਆਂ, ਆਹ ਕੱਟੀਆਂ ਦੇ ਮਗਰ ਕੱਟੀਆਂ ਜੇ ਅੱਜ, ਅਤੇ ਆਹ ਵੇਖੋ ਆਹ ਬੱਚਾ ਜੇ ਮਗਰ ਜਿਹੜੀ ਤੀਜੇ ਨੰਬਰ 'ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਭਾਜੀ, ਭਾਵੇਂ ਕਹਿ ਲਓ ਅਸੀਂ 5-6 ਦਿਨ ਕਹਿ ਦਈਏ ਚੱਲ ਜਾਣਾ ਬੱਚਾ, ਪਰ 10 ਦਿਨ ਹੋ ਗਿਆ ਸਹੀ ਸਮੇਂ, 10 ਕੁ ਦਿਨ ਹੋ ਗਏ। ਹਾਂਜੀ ਹਾਂਜੀ, ਠੀਕ ਹੈ ਜੀ, 10 ਦਿਨ ਦਾ ਜਿਹੜਾ ਦੋਸਤੋ ਸੂਆ ਹੋ ਗਿਆ, ਅਤੇ ਕੱਟੀ ਪਿਆਰੀ ਹਰਜਿੰਦਰ ਭਾਈ ਨੇ ਖੋਲ੍ਹ ਲਈਏ। ਹਾਂਜੀ ਹਾਂਜੀ। ਅਤੇ ਭਾਜੀ ਜੀ ਇੱਕ ਹੋਰ ਗੱਲ ਦੱਸਣੀ ਹੈ ਕੱਟੀ, ਹਾਂਜੀ। ਇਹ ਭਾਜੀ ਅੱਜ ਰਿਸਕ ਦੇ ਵਿੱਚ ਖੜੇ ਹਾਂ, 12 ਵਜੇ ਕੱਟੀ ਚੋ ਕੇ ਲਿਆਂਦੀ ਆ ਭਾਜੀ, ਸਾਰੀ ਖਾਲੀ ਕਰ ਗਏ ਪਾਸ ਕਰਕੇ, ਅੱਜ ਕੱਟੀ ਆਈ ਆ ਭਾਜੀ। 13 ਲੀਟਰ ਦੀ ਗਰੰਟੀ ਤੇ ਆਈ ਆ ਕੱਟੀ ਜੀ ਆਪਾਂ, ਪਰ 12 ਲੀਟਰ ਦਾ ਵੀਰ ਜਿਹੜਾ ਮਰਜ਼ੀ ਸੌਦਾ ਕਰਕੇ ਮੇਰੇ ਨਾਲ ਚੋ ਸਕਦੇ 2 ਟਾਈਮ ਭਾਜੀ, ਠੀਕ ਹੈ ਜੀ। ਹਾਂਜੀ ਭਾਜੀ, 12 ਲੀਟਰ ਦੀ ਚਵਾਈ ਕਰ ਸਕਦਾ ਮੈਂ ਕਿਹਾ ਭਾਜੀ, ਜੀ ਸਦਕੇ ਜਿੱਦਾਂ ਮਰਜ਼ੀ ਕਰੇ ਜੀ, ਠੀਕ ਹੈ ਜੀ। ਵੱਡੀ ਕੱਟੀ ਆ ਭਾਜੀ, ਪਿੱਠ ਫੜਾ ਲੈ ਵੀ ਦੋਸਤੋ ਕਰੋ ਚੈੱਕ, ਠੀਕ ਆ। ਵੇਲਬੂਲ ਦੀ ਲੰਬਾਈ ਹੈ ਕੱਟੀ ਦੀ ਪੂਰੀ, ਬਾਕੀ ਕੱਦ ਕੱਟੀ ਸੋਹਣਾ ਹੈਗਾ ਕੱਟੀ ਦਾ। ਅਤੇ ਆਹ ਥਣ ਭਾਂਡਾ ਵੇਖ ਕੇ ਚੈੱਕ ਕਰੋ, ਬਾਕੀ ਵੀਰ ਕਹਿੰਦਾ ਵੀ 12 ਕੁ ਲੀਟਰ ਦੀ ਆਪਾਂ ਨੂੰ ਚਵਾਈ ਤੇ ਆਈ ਆ, ਅੱਗੇ 12 ਲੀਟਰ ਤੁਸੀਂ ਚੋ ਕੇ ਤਸੱਲੀ ਦੇ ਨਾਲ, ਠੀਕ ਆ, ਫਿਰ ਲੈ ਜਾਇਓ, ਤਸੱਲੀ ਪਹਿਲਾਂ ਕਰ ਲਿਓ ਬਾਅਦ ਵਿੱਚ ਜਿਹੜਾ ਸੌਦਾ ਕਰਿਓ। ਆਹ ਫੇਸ ਕੁਆਲਿਟੀ ਜੀ, ਠੀਕ ਆ।
ਡੋਗ ਮੰਨ ਲਓ ਬਹੁਤ ਵਧੀਆ ਚੀਜ਼ ਹੈ ਵੀ ਕੱਟੀ ਬਹੁਤ ਚੰਗੀ ਹੈ ਸ਼ਕੀਨੀ ਹੈ ਦੇਖੋ ਭਾਈ ਕਿੱਦਾਂ ਲੱਗਾ ਪਿਆ ਹਾਂ ਠੀਕ ਹੈ ਹਰਜਿੰਦਰ ਭਾਈ ਇਹ ਵੀ ਆਪਾਂ ਕਰਾਈਏ ਚੈੱਕ ਆਹ ਦੇਖੋ ਦੋਸਤੋ ਬੱਚੇ ਪ੍ਰੋਪਰ ਆਪਾਂ ਤਾਂ ਦਿਖਾ ਦਈਦੇ ਕਿਉਂਕਿ ਦੂਰ ਨੇੜੇ ਕਿਸੇ ਭੈਣ ਭਰਾ ਨੇ ਆਟੋਮੈਟਿਕ ਵੀ ਸੌਦਾ ਕਰਨਾ ਹੁੰਦਾ ਅਤੇ ਉਹ ਆਪਦਾ ਸੌਦਾ ਕਰ ਸਕਦੇ ਬੱਚੇ ਨਾਲ ਜਿਹੜੇ ਹੈਗੇ ਆ ਮਦਰ ਨੂੰ ਬਿਲਕੁਲ ਥਣਾਂ ਨੂੰ ਚੁੰਘ ਰਹੇ ਆ ਠੀਕ ਆ ਕਿਉਂਕਿ ਹਰ ਇੱਕ ਪੱਖ ਤੋਂ ਹਰ ਇੱਕ ਪਹਿਲੂ ਤੋਂ ਜਿਹੜੀ ਤਸੱਲੀ ਕਰਾਉਣ ਦਾ ਫਰਜ਼ ਬਣਦਾ ਠੀਕ ਆ ਉਸ ਤੋਂ ਬਾਅਦ ਜਿਹੜਾ ਦੋਸਤੋ ਸੌਦਾ ਦੇਣ ਦਾ ਜਿਹੜਾ ਹੁੰਦਾ ਪਹਿਲਾਂ ਜਿਹੜੀ ਤਸੱਲੀ ਜ਼ਰੂਰੀ ਹੈ ਇਸ ਕਰਕੇ ਨਿਕਲ ਕੇ ਸਾਹਮਣੇ ਆਇਆ ਠੀਕ ਆ ਕਰੋ ਚੈੱਕ ਠੀਕ ਆ ਦੋਸਤੋ ਵਧੀਆ ਚੰਗੀ ਜਵਾਈ ਹੈ ਝੋਟੀਆਂ ਦੇ ਠੀਕ ਆ ਅਤੇ ਇਸ ਤੋਂ ਬਾਅਦ ਹਰਜਿੰਦਰ ਭਾਈ ਇੱਕ ਮੁੱਲ ਰਹਿ ਗਿਆ ਭਰਾ ਤੇਰੇ ਵੀਰੇ ਕੀ ਡਿਮਾਂਡ ਕਰਦੀ ਫਿਰ ਇਸ ਝੋਟੀ ਦੀ ਲੈ ਦੇ ਕੀ ਕਰਦੇ ਸੇਮ ਹੀ ਆ ਭਾਈ 80-80 ਆ ਆਫਰ ਹੀ ਆ ਉਹ ਵੀ ਚੌਕੀ ਇਹ ਵੀ ਚੌਕੀ ਉਹਦੇ ਕੋਲੋਂ ਵੀ 12 ਕਿਲੋ ਦੁੱਧ ਇਹਦੇ ਕੋਲੋਂ ਵੀ 12 ਕਿਲੋ ਉਹਦੇ ਮਗਰ ਵੀ ਕੱਟੀ ਤੇ ਇਹਦੇ ਮਗਰ ਵੀ ਕੱਟੀ ਮੁੱਲ ਵੀ ਸੇਮ ਹੈ ਮੁੱਲ ਵੀ ਸੇਮ ਬਿਲਕੁਲ ਜੀ ਛੋੜ ਹੀ ਹੋਣੀ ਆ ਭਾਜੀ ਇਹਨਾਂ ਪਹਿਲਾਂ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਛੋੜ ਛਾੜ ਹੀ ਹੋਣੀ ਆ ਜ਼ਿਆਦਾ ਖਿੱਚ ਖਚਾ ਨਾ ਕਰਨ ਮੇਰੇ ਵੀ ਜ਼ਰੂਰ ਭਰਾ ਹਾਂਜੀ ਤੇ ਧਿਆਨ 'ਚ ਦੋਸਤੋ ਰੱਖ ਲਿਓ ਠੀਕ ਆ ਓਕੇ ਹਰਜਿੰਦਰ ਵੀਰੇ ਅਗਲੀ ਝੋਟੀ ਵੀ ਪਹਿਲਣੀ ਹੈ ਉਹ ਵੀ ਭਾਜੀ ਪਹਿਲਣੀ ਹੈ ਅੱਛਾ ਜੀ ਇਹ ਸ਼ਿੱਗੀ ਆ ਭਾਜੀ ਮੋਹ ਸ਼ਿੱਗੀ ਹੈ 6 ਦਿਨ ਦਾ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਜੀ ਅੱਜ ਸਰਨਾ ਦੇਣਾ ਆ ਕੱਟਾ ਇਹਦਾ ਵਿੱਚ ਇਹਦੇ ਮਗਰ ਕੱਟਾ ਆ ਗਿਆ ਦੋ ਮਗਰ ਕੱਟੇ ਆ ਦੋ ਮਗਰ ਕੱਟੀਆਂ ਨੇ ਆਹ ਵੇਖੋ ਦੋਸਤੋ ਆਹ ਕੱਟਾ ਆ ਠੀਕ ਆ ਜਿਹੜਾ ਆਪਾਂ ਤੁਹਾਨੂੰ ਹੁਣ ਲਾਸਟ 'ਤੇ ਦਿਖਾ ਰਹੇ ਹਾਂ ਠੀਕ ਆ ਆਹ ਕਰੋ ਚੈੱਕ ਇਹ ਕੱਟਾ ਜੀ ਗੱਲਬਾਤ ਆਪਾਂ ਕਰ ਲੈਂਦੇ ਆ ਤੇ ਦਿਨ ਕਿੰਨੇ ਦੱਸਿਆ ਵੀਰ ਹਾਂਜੀ ਭਾਈ ਇਹਨੂੰ 7 ਦਿਨ ਹੋ ਗਏ 7 ਦਿਨ ਦੁੱਧ 8 ਹੋ ਸਕਦੇ 9 ਹੋ ਸਕਦੇ ਇਸ ਤੋਂ ਉੱਪਰ ਨਹੀਂ ਹੋ ਸਕਦੇ ਹਾਜ਼ਰ ਕਿੰਨਾ ਵੀਰੇ ਚਵਾਵਾਂਗੇ ਆਪਾਂ ਇਸ ਟਾਈਮ ਭਾਜੀ ਇਹਦੇ ਕੋਲ 11 ਲੀਟਰ ਕੱਟੀ ਕੋਲ ਕੋਈ ਦੁੱਧ ਮੰਨ ਲੈ ਚਾਹੇ ਵੀਰ ਬੋਲਾ ਮੰਨ ਲੈ ਠੀਕ ਆ 10 ਲੀਟਰਾਂ ਦਾ ਮੇਰੇ ਨਾਲ ਸੌਦਾ ਕਰੇ ਭਾਜੀ ਡੱਬੇ ਮਾਰ ਕੇ ਮਿਲ ਕੇ ਦਾਂਗੇ ਠੀਕ ਹੈ ਭਰਾ ਹਾਂਜੀ ਹਾਂਜੀ ਬਾਕੀ ਦੋਸਤੋ ਆਹ ਭਾਂਡਾ ਜੇ ਠੀਕ ਆ ਤੇ ਆਹ ਥਣ ਲੱਗਾ ਹੈਗਾ ਝੋਟੀ ਦੇ ਆਹ ਕਰੋ ਚੈੱਕ ਠੀਕ ਹੈ ਥਣਾ ਥੁਣਾ ਵਾਲੇ ਪਾਸੇ ਪੂਰੀਆਂ ਚਿੱਪ ਗਾਡਾ ਤੇ ਹਰਜਿੰਦਰ ਭਾਈ ਨੂੰ ਬਾਹਰ ਖੋਲ ਕੇ ਲੈ ਆਓ ਵੀਰ ਆਪਾਂ ਦਿਖਾਈਏ ਬਾਹਰ ਵੀ ਆਹ ਕਰੋ ਚੈੱਕ ਜੀ ਠੀਕ ਆ ਬਾਕੀ ਝੋਟੀ ਜਿਹੜੀ ਆ ਦੋਸਤੋ ਇਹ ਵੀ ਨਵੀਂ ਆ ਠੀਕ ਆ ਪਹਿਲਣੀ ਝੋਟੀ ਸੋਈ ਹੈ ਵੀ ਠੀਕ ਆ 6 ਦਿਨ ਦਾ ਦੋਸਤੋ ਇਹ ਵੀ ਠੀਕ ਆ ਆ ਕਰੋ ਚੈੱਕ ਆ ਕਰੋ ਚੈੱਕ ਜੀ
ਠੀਕ ਹੈ। ਆਹ ਥਣ ਤੁਹਾਨੂੰ ਵੇਖੋ, ਠੀਕ ਹੈ, ਚੰਗਾ ਜਿਹੜਾ ਦੋਸਤੋ ਚਵਾ ਹੋਵੇਗਾ। ਅਤੇ ਬਾਈ ਚਵਾਈ ਚੁਵਾਈ ਇੱਕ ਨੰਬਰ, ਇਹਨੂੰ ਭਾਈ ਆਪਾਂ ਬੱਚਾ ਲਾ ਦਿੰਦੇ, ਲਾਈਏ ਫਿਰ ਜੀ। ਇਹਦੇ ਮਗਰ ਕੱਟਾ ਹੈ ਦੋਸਤੋ, ਜਿਹੜਾ ਧਿਆਨ ਦੇ ਵਿੱਚ ਰੱਖ ਲਿਓ, ਜਿਹੜੀ ਆਪਾਂ ਤੁਹਾਨੂੰ ਲਾਸਟ 'ਤੇ ਦਿਖਾ ਰਹੇ ਨਾ ਇਹ ਝੋਟੀ, ਇਹਦੇ ਮਗਰ ਕੱਟਾ ਹੈ। ਜਿਹੜੀਆਂ ਭਾਅ ਜੀ ਦੋ ਝੋਟੀਆਂ ਮੂੰਹ ਛੇ ਦੰਦ ਦਾ ਉਹਨਾਂ ਦੋਨਾਂ ਮਗਰ ਕੱਟੇ ਆ, ਜਿਹੜੀਆਂ ਝੋਟੀਆਂ ਮੂੰਹ ਦੋ ਚਾਰ ਦੰਦ ਦਾ ਉਹਨਾਂ ਮਗਰ ਕੱਟੀਆਂ। ਸਮਝਿਆ ਤਰੀਕਾ ਭਾਅ ਜੀ, ਧਿਆਨ ਰਹਿ ਜੂਗਾ ਸਾਰਿਆਂ ਨੂੰ। ਹਾਂਜੀ, ਲਓ ਵੀ ਬੱਚਾ ਛੱਡ ਦਿੱਤਾ। ਠੀਕ ਹੈ ਜੀ, ਆਪਾਂ ਸਮਾਂ ਜਿਹੜਾ ਦੋਸਤੋ ਹੋ ਗਿਆ ਥਣਾਂ ਦਾ। ਅਗਲੇ ਥਣ ਪੂਰੇ ਪਕੜ ਵਿੱਚ ਆ ਵੀਰ? ਹਾਂਜੀ ਹਾਂਜੀ ਭਾਅ ਜੀ, ਪੂਰੇ ਹੱਥ ਹੀ ਆਉਂਦੇ ਆ ਥਣ। ਥੋੜਾ ਭਾਈ ਤੇਲ ਤੂਲ ਲਾਇਆ ਪੈਣਾ ਥਣਾਂ ਨੂੰ ਤਾਂ ਕਰਕੇ। ਆ ਦੇਖ, ਆਹ ਮਗਰਲੇ ਥਣ ਵੇਖੋ ਜੀ, ਕੁਆਲਿਟੀ ਦੇਖੋ ਭਾਅ ਜੀ ਕਿੱਦਾਂ ਤਾਂ ਹੋਊ ਜੀ। ਠੀਕ ਹੈ ਸਾਹਿਬ, ਹਾਂਜੀ ਠੀਕ ਹੈ ਜੀ। ਅਤੇ ਇਹ ਐਨੀਮਲ ਆ ਜਿਹੜੇ ਦੋਸਤੋ, ਬਿਲਕੁਲ ਇੱਕ ਟਰਾਂਸਪਰੈਂਟ ਤਰੀਕੇ ਦੇ ਨਾਲ ਤਸੱਲੀ ਕਰਾਉਣ ਦਾ ਮਕਸਦ ਇਹ ਹੁੰਦਾ ਦੋਸਤੋ ਵੀ ਤੁਸੀਂ ਔਨਲਾਈਨ ਖਰੀਦ ਦਿਓ ਤਾਂ ਵੀ ਚੰਗਾ, ਜੇਕਰ ਘਰੇ ਆਪਦੀ ਨਰਕ ਪਰਕ ਕਰਦੇ ਹੋ ਤਾਂ ਉਹਦਾ ਜਿਹੜਾ ਦੋਸਤੋ ਚੰਗਾ ਹੈਗਾ ਹੀ ਹੈਗਾ। ਅਤੇ ਹਰਜਿੰਦਰ ਭਾਈ ਮੁੱਲ ਇਹਦਾ ਵੀਰੇ ਕਿੰਨਾ? ਇਹ ਗਿਫਟ ਮੈਂ ਕਹਿੰਦਾ ਦੇ ਦਈਏ ਭਾਅ ਜੀ ਇੱਕ, ਵੈਸੇ ਤਾਂ ਸਾਰੇ ਗਿਫਟ ਨੇ। ਹਾਂ ਇਹ ਸਿਰਫ 70,000 ਦੀ ਕੱਟੀ ਦਾਂਗੇ, 72,000 ਦੀ, 2,000 ਵਿੱਚ ਸਿੱਧੀ ਛੋੜ ਕਰ ਦਾਂਗੇ, ਠੀਕ ਹੈ, 70 ਦੀ ਦੇ ਦਾਂਗੇ, 70,000 ਦੀ, 1,000 ਹੋਰ ਛੱਡ ਦਾਂਗੇ, 70 ਦੀ ਦੇ ਦਾਂਗੇ। ਲਓ ਜੀ ਕਰੋ ਗੱਲ, ਠੀਕ ਹੈ, ਉੱਥੇ ਛੋਟ ਹੀ ਕਰਨੀ ਮਰਜ਼ੀ ਦੀ, 100 ਗ੍ਰਾਂ 2 ਗ੍ਰਾਂ 69,000 ਦੇ ਵਿੱਚੋਂ ਜਿਹੜੀ ਹੈ ਦੋਸਤੋ ਛੋਟ ਵੀ ਰਹਿੰਦਾ ਬਾਈ, ਜਸਟ ਹੋਣੀ ਹੈ, ਠੀਕ ਹੈ, 100 ਕਰਾ ਲਓ 200 ਕਰਾ ਲਓ, ਇਹੋ ਕੁਛ ਹੋਊਗਾ ਮਗਰ ਕੱਟਾ, ਠੀਕ ਹੈ, ਇਹਦੇ ਮੱਝ ਦੇ ਝੋਟੀ ਦੇ। ਅਤੇ ਹਰਜਿੰਦਰ ਭਾਈ ਸੰਪਰਕ ਨੰਬਰ ਆਪਣੇ ਜ਼ਰੂਰ ਬੋਲ ਦਿਓ ਜੀ। ਪਿੰਡ ਨਾਰਪੁਰ, ਤਹਿਸੀਲ ਕਰਤਾਰਪੁਰ, ਜ਼ਿਲ੍ਹਾ ਜਲੰਧਰ, ਨਾਮ ਮੇਰਾ ਹਰਜਿੰਦਰ ਸਿੰਘ, ਫੋਨ ਨੰਬਰ ਹੈਗਾ 9986065981, ਦੂਜਾ ਹੈਗਾ 8427096511। ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।